ਮੈਨੂੰ ਬਾਬਾ ਜੀ ਨੇ ਕੱਲ ਦੱਸਿਆ ਵੀ 3 ਮਹੀਨੇ ਤੋਂ ਮੈਂ ਲੜ ਰਿਹਾ ਸਿਸਟਮ ਨਾਲ ਇੱਥੇ ਕ ਮੈਨੂੰ ਪਤਾ ਲੱਗਾ ਕੱਲ ਪਰਸੋਂ ਇੱਕ ਐਮਐਲਏ ਆਈ ਸੀ ਕਹਿੰਦੇ ਸਾਡੇ ਗਵਾਂਢੀ ਹਲਕੇ ਤੋਂ ਆਟੋਮੈਕਸ ਦੇ ਰਹੀ ਸੀ ਐਮਐਲਏ ਤਾਂ ਕਹਿੰਮ ਆਟੋਮੈਕਸ ਥੋੜੀ ਦੇਣਾ ਉਹ ਸਿਸਟਮ ਦਵੇ ਫੋਟੋਕ ਜਾ ਕੇ ਚਲੇ ਜਾਓ ਕੋਈ ਸਿਸਟਮ ਆ ਬੇੜੀ ਦਾ ਟਾਈਮ ਖਰਾਬ ਕੀਤਾ ਨਾ ਕਿਸ਼ਤੀ ਦਾ ਮੈਂ ਨਹੀਂ ਇਹ ਕਰਨਾ ਚਾਹੁੰਦਾ ਮੈਂ ਉਹਦਾਂ ਦੀ ਕਿਸ਼ਤੀ ਨਹੀਂ ਲਈ ਸਿਸਟਮ ਮੈਨੂੰ ਡੀਸੀ ਸਾਹਿਬ ਨੇ ਕਿਹਾ ਰਤਨ ਸਿੰਘ ਕਾਕੜਕਲਾਵਣਾ ਨਾਲ ਥੋੜਾ ਸਮਾਂ ਪਹਿਲਾਂ ਗੱਲ ਕੀਤੀ ਆ ਉਹ ਇੱਕ ਪੇਪਰ ਦਿਖਾ ਰਹੇ ਨੇ ਕਹਿੰਦੇ ਇਹ ਮੈਂ ਮਾਨ ਸਾਹਿਬ ਨੂੰ ਦਿੱਤਾ ਤੇ ਕੰਮ ਚੱਲ ਰਿਹਾ 18 ਫੁੱਟੀ ਸੜਕ ਬਣਨੀ ਆ ਬੰਨ ਪੱਕਾ ਹੋਣਾ 65 ਕਿਲੋਮੀਟਰ ਤੱਕ ਦਾ ਉਹਨਾਂ ਨੇ ਸਾਨੂੰ ਲੈਟਰ ਦਿਖਾਇਆ ਇੱਕ ਮੈਂ ਕਹਿੰਨਾ ਕਰਨਾ ਚਾਹੀਦਾ ਕੰਮ ਲੋਕਾਂ ਨੂੰ ਪਤਾ ਜਿਹੜੇ ਕੰਮ ਕਰਦੇ ਜਿਹੜੇ ਉਹ ਕਰ ਰਹੇ ਆ ਕਾਗਜ਼ੇ ਦੀ ਚੱਕੀ ਫਿਰਦੇ ਆ ਐਸਟੀਮੇਟ ਤੇ ਮੈਂ ਵੀ ਲਵਾ ਦੇਣਾ ਬਾਬਾ ਸੀਚੇ ਵਾਲੀਆ ਜੀ ਉਹਨਾਂ ਦੀ ਸੰਗਤ ਲੱਗੀ ਆ ਜਾਂ ਸਰਕਾਰ ਆ ਜ ਉਹਨਾਂ ਦੇ ਨਾਂ ਨੂੰ ਕ੍ਰੈਡਿਟ ਲਵੇ ਨਹੀਂ ਇਹ ਨਹੀਂ ਮੈਂ ਦਿੰਦਾ ਕ੍ਰੈਡਿਟ ਇਹ ਤਾਂ ਪਹਿਲਾਂ ਵੀ ਕੰਮ ਕਰਦੇ ਆ ਸਰਕਾਰ ਦਾ ਸਿਸਟਮ ਅੱਜ ਕਿੱਥੇ ਆ? ਸੱਸੀ ਕਾਲ ਪੰਜਾਬੀ ਰੇਡੀਓ ਯੂਐਸਏ ਵੇਖ ਰਹੇ ਹੋ ਤੁਸੀਂ ਇਸ ਸਮੇਂ ਜਿਸ ਜਗ੍ਹਾ ਤੇ ਬੰਦ ਟੁੱਟਿਆ ਉੱਥੇ ਮੌਜੂਦਾਂ ਲਗਾਤਾਰ ਸੇਵਾ ਚੱਲ ਰਹੀ ਹੈ ਸਾਡੇ ਨਾਲ ਲਾਡੀ ਸ਼ੇਰਵਾਲੀ ਆ ਜੀ ਮੌਜੂਦ ਹੈ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਸਾਤਸੀ ਸਾਤਸੀ ਗੱਲ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਸੋ ਹਾਲਾਤ ਜੋ ਇਸ ਸਮੇਂ ਤਰਾਂ ਤਲ ਤੇ ਬਣੇ ਹੋਏ ਨੇ ਕੀ ਲੱਗਦਾ ਇਹਨੂੰ ਕੁਦਰਤੀ ਆਫਤ ਗਿਣੀਏ ਜਾਂ ਫਿਰ ਮਨੁੱਖ ਨੇ ਆਪ ਬਣਾਈ ਹੋਈ ਹੈ ਦੇਖੋ ਦੇਖੋ ਕੁਦਰਤੀ ਆਫਤ ਆ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਪਾਟ ਮਨੁੱਖ ਦਾ ਵੀ ਹੈਗਾ ਜੀ ਦੇਖੋ ਕਹਿਣੋ ਕੋਈ ਜਿਹੜੀ ਸੱਚੀ ਗੱਲ ਕਹਿਣੋ ਗਰੀਜ਼ ਨਹੀਂ ਕਰਨਾ ਚਾਹੀਦਾ ਹੂੰ ਆਫਤ ਬੜੀ ਵੱਡੀ ਆਈ ਹੈ ਸਾਡੇ ਤੇ 30 ਪਿੰਡ ਦੇ ਕਰੀਬ ਪ੍ਰਭਾਵਿਤ ਹੋਇਆ ਹਮ ਆ 7-8 ਪਿੰਡ ਤਾਂ ਅਜੇ ਵੀ ਹੈ ਜਿਨ੍ਹਾਂ ਨੂੰ ਅਜੇ ਰਸਤੇ ਨਹੀਂ ਜੁੜ ਰਹੇ ਪਾਣੀ ਚਾਰ ਚਫੇਰੇ ਭਰਿਆ ਔਰ ਮੈਂ ਸਮਝਦਾ ਵੀ ਇਹ ਨਲਕੀਆ ਕਿਸ ਦੀ ਮੈਂ ਵਾਕੀ ਕਿਹਦੀ ਹੁੰਦੀ ਆ ਤੁਸੀਂ ਦੱਸ ਦਿਓ ਕਿਸ ਦੀ ਗਿਣੀਆਂ ਸਰਕਾਰਾਂ ਦੀ ਗਿਣੀਆਂ ਜਾਂ ਆਮ ਨਾਗਰਿਕ ਦੀ ਗਿਣੀਆਂ ਕਿਸ ਨੂੰ ਕਿਸ ਨੂੰ ਕਟਾਰੇ ਚ ਖੜਾ ਕਰੀਏ ਵੀ ਤੇਰੀ ਗਲਤੀ ਹੈ ਤੇਰੇ ਕਰਕੇ ਸਾਰਾ ਕੁਝ ਹੋਇਆ ਜਿਹੜੇ ਲੋਕ ਪੰਜਾਬ ਨੂੰ ਚਲਾਉਂਦੇ ਉਹਨਾਂ ਦੀ ਮੈਂ ਵੀ ਐਮਐਲਏ ਹਾਂ ਦੂਜੀ ਵਾਰ ਚੁਣਿਆ ਗਿਆ 2019 ਚ ਹੜ ਆਇਆ ਸੀ ਜੀ ਹੜ ਆਇਆ ਸੀ ਬੜੀ ਇੱਕ ਕੁਦਰਤੀ ਆਫਤ ਆਈ ਸੀ ਬੜਾ ਵੱਡਾ ਨੁਕਸਾਨ ਹੋਇਆ ਉਹ ਤੋਂ ਲੋਕ ਪ੍ਰੇਪੇਅਰ ਨਹੀਂ ਸੀ ਹਾਂ ਮੈਂਟਲੀ ਉਹ ਉਹਨਾਂ ਨੂੰ ਨਹੀਂ ਸੀ ਇਹ ਇਸ ਗੱਲ ਦਾ ਗਿਆਨ ਵੀ ਇੱਦਾਂ ਬੜਾ ਨੁਕਸਾਨ ਹੋ ਜੂ ਬੜਾ ਨੁਕਸਾਨ ਆ ਪਸ਼ੂ ਡੰਗਰ ਸਮਾਨ ਰੁੜ ਗਏ ਬੜਾ ਮਕਾਨ ਟੱਟ ਗਏ ਹੁਣ ਵੀ ਐਕੀ ਵੀ ਹੋਇਆ ਸਾਰਾ ਕੁਝ ਉਦੋਂ ਸਰਕਾਰ ਸੀ ਜਦੋਂ ਕਾਂਗਰਸ ਪਾਰਟੀ ਦੀ ਉਦੋਂ ਅਸੀਂ ਇਮੀਡੀਏਟ 24 ਘੰਟਿਆਂ ਚ ਸਾਰੀਆਂ ਚੀਜ਼ਾਂ ਤੇ ਐਕਸ਼ਨ ਕਰਵਾ ਦਿੱਤੇ ਸੀ ਹਰ ਚੀਜ਼ ਦੇ ਵਿੱਚ ਲੋਕਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹਨੂੰ ਪੂਰਾ ਦਿੱਤਾ ਸੀ ਅੱਜ 10 ਦਿਨ ਹੋ ਗਏ ਆ ਤੁਸੀਂ ਵੀ ਇੱਥੇ ਦੇਖ ਰਹੇ ਆ ਤੁਸੀਂ ਵੀ ਸਮਝ ਰਹੇ ਆ ਕੀ ਹੋ ਰਿਹਾ ਔਰ ਚਾਰ ਛਪੇਰੇ ਬੰਨ ਖਿਲਰ ਗਏ ਚਾਰ ਛਪੇਰੇ ਬੰਨ ਟੁੱਟ ਗਏ ਆ ਅੱਜ ਜੇ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਨਾ ਇਹੋ ਜਿਹਾ ਕੰਮ ਕਰਨ ਤਾਂ ਸਰਕਾਰ ਦਾ ਸਿਸਟਮ ਕਿੱਥੇ ਅੱਜ ਖੜਾ ਜੀ ਬਾਬਾ ਸੀਚੀ ਆੜੀਆ ਜੀ ਉਹਨਾਂ ਦੀ ਸੰਗਤ ਲੱਗੀ ਆ ਜਾਂ ਸਰਕਾਰ ਅਜ ਉਹਨਾਂ ਦੇ ਨਾਂ ਨੂੰ ਕ੍ਰੈਡਿਟ ਲਵੇ ਨਹੀਂ ਇਹ ਨਹੀਂ ਮੈਂ ਦਿੰਦਾ ਕ੍ਰੈਡਿਟ ਇਹ ਤਾਂ ਪਹਿਲਾਂ ਵੀ ਕੰਮ ਕਰਦੇ ਆ ਸਰਕਾਰ ਦਾ ਸਿਸਟਮ ਅਜ ਕਿੱਥੇ ਆ ਤੁਹਾਡੇ ਉਧਰਲੇ ਬੰਦੀ ਕੀ ਕਰ ਰਹੇ ਆ ਜਿੱਥੇ ਪਾੜ ਪਿਆ ਮਡਾਰਾਚਨ ਨਾਲੇ ਪਾਸੇ ਔਰ ਠੀਕ ਆ ਇਹ 2019 ਚ ਹੜ ਆਇਆ ਸੀ ਉਦੋਂ ਵੀ ਦੋ ਜਗ੍ਹਾ ਤੋਂ ਤਿੰਨ ਜਗ੍ਹਾ ਤੋਂ ਟੁੱਟਾ ਸੀ ਉਦੋਂ ਅਸੀਂ ਸਿਸਟਮ ਨੂੰ ਵੀ ਲਿਆ ਸੀ ਆਰਮੀ ਨੂੰ ਵੀ ਨਾਲ ਲਿਆ ਸਾਰਾ ਲਿਆ ਸੀ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਨਾਲ ਲਿਆ ਸੀ ਤੇ ਉਸ ਤੋਂ ਬਾਅਦ ਉਹਦਾ ਹੱਲ ਲੱਭਿਆ ਸੀ ਇਹ ਕੀ ਨੁਕਸ ਕੀ ਆ ਹੂੰ ਉਹਦਾ ਨੁਕਸੀ ਜਿਹੜਾ ਪੌੜਿਆ ਸਤਲੋਜ ਦਰਿਆ ਰੇਲਵੇ ਪੌੜਿਆ ਰੇਲਵੇ ਪੁਲ ਜਿਹੜਾ ਰੇਲਵੇ ਪੁਲ ਦੇ ਵਿੱਚ ਦਰ ਭਰੇ ਹੋਏ ਸੀ ਮਿੱਟੀ ਦੇ ਜੀ ਜੀ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਹਿ ਕੇ ਅਸੀਂ ਉਹਦੀ ਸਪੈਸ਼ਲ ਪਰਮਿਸ਼ਨ ਲੈ ਕੇ ਬਾਬਾ ਜੀ ਨੂੰ ਇੱਕ ਸਾਲ ਮਿੱਟੀ ਚੱਕਣ ਲਈ ਮੌਕਾ ਦਿੱਤਾ ਇਹਨਾਂ ਨੇ ਦਰ ਖਾਲੀ ਕੀਤੇ ਤਾਂ ਪਾਣੀ ਦਾ ਫਲੋ ਵਾਧਾ ਗਿਆ ਉਹ ਸੇਜੇ ਸੇਜੇ ਰੇਤਾ ਆ ਕੇ ਫੇਰ ਦਰ ਭਰ ਗਿਆ ਔਰ ਵਾਰ-ਵਾਰ ਮੈਂ ਵੀ ਸਿਸਟਮ ਨੂੰ ਕਿਹਾ ਵੀ ਹੜ ਆ ਜਾਊਗਾ ਜੇ ਪਾਣੀ ਅਸੀਂ ਦਰਨਾ ਖਾਲੀ ਕੀਤੇ ਤਾਂ ਮੈਨੂੰ ਬਾਬਾ ਜੀ ਨੇ ਕੱਲ ਦੱਸਿਆ ਵੀ ਤਿੰਨ ਮਹੀਨੇ ਤੋਂ ਮੈਂ ਲੜ ਰਿਹਾ ਸਿਸਟਮ ਨਾਲ ਜੀ ਉਹਨਾਂ ਦੇ ਵੀ ਇੱਕ ਸਾਥੀ ਦਾ ਕਹਿਣਾ ਹੈ ਕਿ ਲਗਾਤਾਰ ਬਾਬਾ ਜੀ ਵੀ ਅਪੀਲ ਕਰ ਰਹੇ ਸੀ ਸਰਕਾਰ ਨੂੰ ਸਰਕਾਰ ਚ ਹੁੰਦਿਆਂ ਹੋਇਆਂ ਵੀ ਉਹਨਾਂ ਦੀ ਨਹੀਂ ਸੁਣੀ ਗਈ ਇਹ ਕਹਿਣਾ ਹੈ ਕਿ ਜਿਹੜੀ ਦਾ ਸਾਫ ਸਫਾਈ ਕਰਨੀ ਸੀ ਬੰਨ ਪੱਕਾ ਕਰਨਾ ਸੀ ਉਸ ਦਾ ਕੰਮ ਨਹੀਂ ਹੋਇਆ ਇਸੇ ਦੇ ਨਾਲ ਇੱਕ ਸਵਾਲ ਹੋਰ ਜੋੜਦੇ ਹਾਂ ਰਤਨ ਸਿੰਘ ਆਕੜਕਲਾ ਨਾਲ ਥੋੜਾ ਸਮਾਂ ਪਹਿਲਾਂ ਗੱਲ ਕੀਤੀ ਆ ਉਹ ਇੱਕ ਪੇਪਰ ਦਿਖਾ ਰਹੇ ਨੇ ਕਹਿੰਦੇ ਇਹ ਮੈਂ ਮਾਨ ਸਾਹਿਬ ਨੂੰ ਦਿੱਤਾ ਤੇ ਕੰਮ ਚੱਲ ਰਿਹਾ ਹੈ 18 ਫੁੱਟੀ ਸੜਕ ਬਣਨੀ ਆ ਬੰਨ ਪੱਕਾ ਹੋਣਾ 65 ਕਿਲੋਮੀਟਰ ਤੱਕ ਦਾ ਉਹਨਾਂ ਨੇ ਸਾਨੂੰ ਲੈਟਰ ਦਿਖਾਇਆ ਇੱਕ ਤੇ ਕੀ ਕਹੋਗੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਉਹ ਦੇ ਨੇ ਮੈਨੂੰ ਮੈਂ ਬੇਸ਼ੱਕ ਹਾਰਿਆ ਪਰ ਮੈਂ ਮੌਜੂਦਾ ਨਾਲੋਂ ਵੱਧ ਕੰਮ ਕਰਦਾ ਹਾਂ ਮੈਂ ਕਹਿੰਦਾ ਕਰਨਾ ਚਾਹੀਦਾ ਕੰਮ ਲੋਕਾਂ ਨੂੰ ਪਤਾ ਜਿਹੜੇ ਕੰਮ ਕਰਦੇ ਜਿਹੜੇ ਉਹ ਕਰ ਰਹੇ ਆ ਕਾਗਜ਼ੇ ਦੀ ਚੱਕੀ ਫਿਰਦੇ ਆ ਐਸਟੀਮੇਟ ਤਾਂ ਮੈਂ ਵੀ ਲਵਾ ਦਿੰਨਾ ਹਾਂ 105 ਕਰੋੜ ਦਾ ਐਸਟੀਮੇਟ ਆ ਉਹ ਮੈਂ ਪੁੱਛਿਆ ਹੀ ਸਿਸਟਮ ਕੋ ਮੈਂ ਕਿਹਾ ਕਿੰਨੇ ਪੈਸੇ ਲੱਗਣੇ ਆ ਜਿਹੜੀ 18 ਫੁੱਟ ਛੜਕ ਦੀ ਗੱਲ ਆ ਬਾਬਾ ਜੀ ਨੇ ਉਦੋਂ ਸਰਵੇ ਕਰਵਾਇਆ 105 ਕਰੋੜ ਰੁਪਏ ਦਾ ਐਸਟੀਮੇਟ ਆ ਉਹ ਰਤਨ ਸਿੰਘ ਜੀ ਇਹ ਤਾਂ ਦੱਸਣ ਵੀ ਪੈਸਾ ਲੈ ਕੇ ਕਿੱਥੋਂ ਆਣਾ 105 ਕਰੋੜ ਰੁਪਏ ਦਾ ਕੀ ਪ੍ਰਬੰਧ ਕੀਤਾ ਜੀ ਚਿੱਠੀ ਮੈਂ ਵੀ ਦੇ ਦਿੰਦਾ ਅਸੀਂ ਜਿਹੜੇ ਕੰਮ ਕੀਤੇ ਅਸੀਂ ਤੋਂ ਉਹ ਦੱਸਾਂਗੇ ਮੈਂ ਕਦੀ ਵੀ ਕੰਮ ਕਰਨ ਤੋਂ ਪਹਿਲਾਂ ਆਪਣੀ ਵਾਵਾ ਨਹੀਂ ਖੱਟੀ ਕੰਮ ਕਰਕੇ ਜਰੂਰ ਮੈਂ ਲੋਕਾਂ ਨੂੰ ਦੱਸਦਾ ਮੈਂ ਮੈਂ ਆਹ ਕਰ ਦਿੱਤਾ ਜੀ ਸੋ ਹੁਣ ਤੁਹਾਡੇ ਵੱਲੋਂ ਕਿਹੋ ਜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੁਸੀਂ ਵੀ ਹੁਣ ਬੰਨ ਤੇ ਇੱਥੇ ਪਹੁੰਚੇ ਹੋ ਉਦਾਂ 올ਓਵਰ ਕਿ ਇਲਾਕੇ ਚ ਕੀ ਸੇਵਾ ਚੱਲ ਰਹੀ ਹੈ ਦੇਖੋ ਮੈਂ ਲੋਕਾਂ ਦੇ ਨਾਲ ਉਹਨਾਂ ਦੀ ਹੌਸਲਾ ਵਧਾਈ ਕਰਨ ਲਈ ਡਟਿਆ ਦੇਖੋ ਬਾਕੀ ਇਹ ਬੇਵੱਸ ਇੱਥੇ ਆ ਕੇ ਕਿਸੇ ਦੇ ਵਸਦੀ ਗੱਲ ਨਹੀਂ ਲੋਕ ਵੀ ਬੇਵਸੇ ਆਸੀਂ ਵੀ ਬੇਵਸੇ ਆ ਸਿਸਟਮ ਨੂੰ ਵੀ ਵਾਰ-ਵਾਰ ਕਹਿ ਰਹੇ ਆ ਵੀ ਆ ਚੀਜ਼ ਦੀ ਸਾਨੂੰ ਲੋੜ ਆ ਪ੍ਰੋਵਾਈਡ ਕਰਾਓ ਜਿਹੜੀ ਗੱਲ ਅੱਜ ਕਹੀ ਦੀ ਉਹ ਦੂਜੇ ਦਿਨ ਜਾ ਕੇ ਅਮਲ 'ਚ ਆਉਂਦੀ ਆ ਠੀਕ ਆ ਜਿਹੜੀ ਕਿ ਤੁਰੰਤ ਹੋਣੀ ਚਾਹੀਦੀ ਸੀ ਨਹੀਂ ਹੋ ਰਹੀ ਪਰ ਸਿਸਟਮ ਨੂੰ ਮੈਂ ਅਪੀਲ ਕਰੂੰਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਬੇਨਤੀ ਕਰੂੰਗਾ ਵੀ ਸਾਡੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੀ ਪਰਪਾਈ ਕਰੋ ਉਹਨਾਂ ਨੂੰ ਫਸਲ ਦਾ ਮੁਆਵਜ਼ਾ ਦਿਓ ਜਿਹੜੇ ਮਕਾਨ ਡੁੱਟ ਗਏ ਉਹਨਾਂ ਮਕਾਨਾਂ ਬਣਾਉਣ ਲਈ ਪੈਸੇ ਦਿਓ ਔਰ ਹੋਰ ਜਿਹੜੀਆਂ ਸਾਡੀਆਂ ਲੋੜਾਂ ਵਾਂ ਜਿਹੜੀਆਂ ਸਾਡਾ ਜਿਹੜਾ ਸਮਾਨ ਸੜਕਾਂ ਡੈਮੇਜ ਹੋ ਗਈਆਂ ਉਹਨਾਂ ਨੂੰ ਰਿਪੇਅਰ ਕੀਤਾ ਜਾਵੇ ਸਾਰਾ ਕੁਝ ਕਰਨ ਵਾਲਾ ਉਹ ਕਰਨਾ ਇੱਕ ਹੋਰ ਚੀਜ਼ ਬੜੀ ਚੱਲ ਰਹੀ ਹੈ ਕਹਿੰਦੇ ਆਪ ਦੇ ਜਿੰਨੇ ਐਮਐਲਏ ਨੇ ਹੋਰ ਵੀ ਜਿਹੜੀਆਂ ਪਾਰਟੀਆਂ ਦੇ ਐਮਐਲਏ ਨੇ ਉਹ ਫੋਟੋ ਸੈਸ਼ਨ 'ਚ ਰੁੱਝੇ ਹੋਏ ਨੇ ਸਿਰਫ ਫੋਟੋਆਂ ਕਰਾਈਆਂ ਜਾ ਰਹੀਆਂ ਨੇ ਕਿਸੇ ਨੇ ਕਾਈ ਫੜੀ ਹੋਈ ਹੈ ਕਹਿੰਦੇ ਬੂਟੀ ਵਿਚਾਲੇ ਪਾਣੀ ਦੇ ਵਿੱਚੋਂ ਇਦਾਂ ਜੇ ਤੰਜ ਹੋ ਰਹੇ ਨੇ ਸਿਰਫ ਕਿਨਾਰਿਆਂ ਤੇ ਖੜੇ ਹੋ ਹੋ ਕੇ ਤਸਵੀਰਾਂ ਖਚਾਈਆਂ ਜਾ ਰਹੀਆਂ ਨੇ ਤਰੰਤਲ ਤੇ ਕੀ ਹੋ ਰਿਹਾ ਓਹ ਨਹੀਂ ਕੋਈ ਦੇਖ ਰਿਹਾ ਇਹ ਆਮ ਆਦਮੀ ਪਾਰਟੀ ਹੈ ਫੋਟੋ ਕਲਚਰ ਦੀ ਟੱਚਡ ਰੁਕਲਿਆਂ ਦੀ ਇੱਥੇ ਕ ਮੈਨੂੰ ਪਤਾ ਲੱਗਾ ਕੱਲ ਪਰਸੋਂ ਇੱਕ ਐਮਐਲਏ ਆਈ ਸੀ ਇਹ ਜਾਂ ਸਾਡੇ ਗਵਾਂਢੀ ਹਲਕੇ ਤੋਂ ਆਟੋਮੈਕਸ ਦੇ ਰਹੀ ਸੀ ਐਮਐਲਏ ਤਾਂ ਕੰਮ ਆਟੋਮੈਕਸ ਥੋੜੀ ਦੇਣਾ ਉਹ ਸਿਸਟਮ ਦਵੇ ਤੁਸੀਂ ਲੋਕਾਂ ਨੂੰ ਜਿਹੜੇ ਕੰਮ ਕਰਨ ਵਾਲੇ ਉਹ ਕਰੋ ਬੰਨ ਬੰਨਾਂ ਦੀ ਗੱਲ ਆ ਬੰਨ ਕਰੀਏ ਜਿਹੜੇ ਲੋਕਾਂ ਦਾ ਖਰਾਬਾ ਆ ਉਹ ਜਾ ਕੇ ਮੁੱਖ ਮੰਤਰੀ ਨਾਲ ਗੱਲ ਕਰੋ ਮੈਂ ਜਾ ਕੇ ਆਟੋਮੈਕਸ ਵੰਡਾਂ ਤੇ ਮੈਂ ਪਤਿਆਂ ਪਿੰਡਾਂ 'ਚ ਵੰਡ ਲੂੰਗਾ ਨਹੀਂ ਵੰਡ ਸਕਦਾ ਇਹ ਤਾਂ ਸਿਸਟਮ ਨੇ ਵੰਡਣੀ ਆ ਸਿਸਟਮ ਨੂੰ ਚੀਜ਼ ਸਮਾਨ ਪ੍ਰੋਵਾਈਡ ਕਰਾਓ ਜੇ ਤੁਸੀਂ 10 ਆਟੋਮੈਕਸ ਲਿਆ ਕੇ 10 ਮਛਰਦਾਨੀਆਂ ਲਿਆ ਕੇ ਫੋਟੋ ਖਾ ਜਾ ਕੇ ਚਲੇ ਜਾਓ ਕੋਈ ਸਿਸਟਮ ਆ ਬੇੜੀ ਦਾ ਟਾਈਮ ਖਰਾਬ ਕੀਤਾ ਨਾ ਕਿਸਤੀ ਦਾ ਮੈਂ ਨਹੀਂ ਇਹ ਕਰਨਾ ਚਾਹੁੰਦਾ ਮੈਂ ਉਹਦਾਂ ਦੀ ਕਿਸਤੀ ਨਹੀਂ ਲਈ ਸਿਸਟਮ ਮੈਨੂੰ ਡੀਸੀ ਸਾਹਿਬ ਨੇ ਕਿਹਾ ਵੀ ਤੁਹਾਡੇ ਲਈ ਇੱਕ ਵੋਟ ਅਸੀਂ ਦੇ ਦਿੰਨੇ ਆ ਕੱਲ ਵੀ ਕਿਹਾ ਅੱਜ ਵੀ ਕਿਹਾ ਮੈਂ ਕਿਹਾ ਜੀ ਮੈਂ ਵੋਟ ਕੀ ਕਰਨੀ ਆ ਮੈਂ ਉੱਥੇ ਜਾ ਕੇ ਕਰੂੰਗੀ ਹਾਂ ਮੈਂ ਉਦਾਂ ਹੀ ਤੁਰ ਕੇ ਚੱਲ ਜੂੰਗਾ ਜੇ ਜਾਣਾ ਹੋਊਗਾ ਨਹੀਂ ਪਰ ਲੋਕਾਂ ਦਾ ਹੌਸਲਾ ਵਧਾਉਣਾ ਚਾਹੀਦਾ ਤੁਹਾਨੂੰ ਵੀ ਉੱਥੇ ਪਹੁੰਚਣਾ ਚਾਹੀਦਾ ਗੱਲ ਕਰਨੀ ਚਾਹੀਦੀ ਐਨੇ ਨਾਲ ਲੋਕਾਂ ਦੇ ਵਿੱਚ ਜਜ਼ਬਾ ਆਉਂਦਾ ਕਿ ਘੱਟੋ ਘੱਟ ਜਿਹਨੂੰ ਅਸੀਂ ਚੁਣਿਆ ਉਹ ਸਾਡੇ ਨਾਲ ਖੜਾ ਤਾਂ ਹੈ ਯਾਰ ਮੈਂ ਤਾਂ ਪਹੁੰਚ ਰਿਹਾ ਮੈਂ ਤਾਂ ਜਾ ਰਿਹਾ ਮੈਂ ਬੋਰਡ ਦਾ ਟਾਈਮ ਨਹੀਂ ਖਰਾਬ ਕਰਨਾ ਜਿਹਦਾ ਮੈਂ ਗੱਡੀ ਤੇ ਚੱਲ ਜਾਣਾ ਮੋਟਰਸਾਈਕਲ ਤੇ ਚੜ੍ਹ ਕੇ ਚੱਲ ਜਾਣਾ ਤੁਰ ਕੇ ਚੱਲ ਜਾਣਾ ਉਹ ਮੈਂ ਜਾ ਰਿਹਾ ਇੱਕ ਹੋਰ ਗੱਲ ਦੱਸਿਓ ਕਹਿੰਦੇ 65 ਕਰੋੜ ਰੁਪਈਆ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਰਾਸ਼ਨ ਪਾਣੀ ਜਾਰੀ ਕੀਤਾ ਰਾਸ਼ਨ ਪਾਣੀ ਪਹੁੰਚਦਾ ਕੀਤਾ ਜਾਣਾ ਪਰ ਹੁਣ ਤੱਕ ਜਿੰਨੇ ਲੰਗਰ ਦੇਖਿਆ ਉਹ ਤਾਂ ਸਾਧਿਆ ਸਮਾਜ ਸੇਵੀ ਸੰਸਥਾਵਾਂ ਦੇ ਦੇਖ ਰਹੇ ਆ ਉਹ ਸਰਕਾਰੀ ਪੈਕੇਟ ਨਹੀਂ ਕਿਤੇ ਦੀਦਾ ਇੱਕ ਵੀ ਲੰਗਰ ਮੈਨੂੰ ਸਰਕਾਰੀ ਕੋਈ ਦੱਸਿਆ ਨਹੀਂ ਇੱਕ ਦਿਨ ਜਰੂਰ ਸੁਣਿਆ ਸੀ ਵੀ ਪੈਕੇਟ ਭੇਜੇ ਗਏ ਆ ਦੇਖੇ ਤੁਸੀਂ ਕੋਈ ਨਹੀਂ ਦੇਖੇ ਨਹੀਂ ਸੁਣਿਆ ਜਰੂਰ ਸੀ ਸੋ ਇਸ ਕਰਕੇ ਅੱਜ ਜਿੰਨੇ ਲੰਗਰ ਚੱਲ ਰਹੇ ਆ ਸਾਰੀਆਂ ਜਥੇਬੰਦੀਆਂ ਦੇ ਚੱਲ ਰਹੇ ਆ ਸਮਾਜ ਸੇਵੀ ਵੀ ਲੋਕਾਂ ਦੇ ਜਿਹੜੇ ਇੱਕ ਲੋਕ ਯੋਗਦਾਨ ਪਾਉਣਾ ਚਾਹੁੰਦੇ ਆਪਣੇ ਇਸ ਔਖੀ ਘੜੀ 'ਚ ਪਰਿਵਾਰਾਂ ਦਾ ਸਾਥ ਦੇਣਾ ਚਾਹੁੰਦੇ ਆ ਇਹ ਉਹੀ ਸਿਸਟਮ ਆ ਕੋਈ ਸਰਕਾਰ ਦਾ ਤੁਸੀਂ ਦੇਖ ਲਿਆ ਜਾਂ ਮੈਂ ਦੇਖਿਆ ਮੈਨੂੰ ਤਾਂ ਦੱਸਿਆ ਨਹੀਂ ਤੁਸੀਂ ਸ਼ਾਇਦ ਦੇਖ ਲਿਆ ਹੋਵੇ ਜੀ ਬਹੁਤ ਬਹੁਤ ਧੰਨਵਾਦ ਆਬੀਬ ਜੀ ਸੋ ਇਹ ਚਾਨ ਸਾਡੇ ਨਾਲ ਸ਼ੇਰਵਾਲੀਆ ਜੀ ਲਾਡੀ ਸ਼ੇਰਵਾਲੀਆ ਜਿਨ੍ਹਾਂ ਨੇ ਚਾਣਨਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਲੋਕ ਜੂਝ ਰਹੇ ਨੇ ਤੇ ਸਰਕਾਰ ਕਿੱਥੇ ਇੱਕ ਸਫਲ ਤੇ ਅਸਫਲ ਹੈ ਬਹੁਤ ਬਹੁਤ ਧੰਨਵਾਦ ਸਸ਼ਕਾਲ